ਸਸ੍ਰੀ ਗੁਰੂ ਗ ਜੀ ਮੈਂ ਅਨੁਰਾਗ ਸ਼ਰਮਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਜਿਸ ਤਰ੍ਹਾਂ ਕਿ ਬੜਾ ਇੱਕ ਵੱਡਾ ਵਿਵਾਦ ਛੜਿਆ ਹੋਇਆ ਹੈ 20 ਲੱਖ ਕਰੋੜ ਰੁਪਏ ਨੂੰ ਲੈ ਕੇ ਜੋ ਕਿ ਦਿੱਤਾ ਗਿਆ ਰਾਹਤ ਦੇ ਵਿੱਚ ਸੋ ਇਸ ਦੇ ਵਿੱਚ ਇੱਕ ਵੱਡੀ ਅਮਾਉਂਟ ਜਿਹੜੀ ਹੈ 3 ਲੱਖ ਕਰੋੜ ਦੇ ਲਗਭਗ ਦੀ ਹੈ ਜੋ ਕਿ ਦਿੱਤੀ ਗਈ ਹੈ ਐਮ ਐਸ ਐਮਈ ਦੇ ਵਿੱਚ ਜਿਸ ਨੂੰ ਆਪਾਂ ਕਹਿ ਦਈਏ ਕਿ ਸਮਾਲ ਮਾਈਕਰੋ ਸਮਾਲ మీడియం ਐਂਟਰਪ੍ਰਾਈਜ਼ਸ ਜੋ ਕਿ ਛੋਟੇ ਸਤਰ ਤੇ ਮੀਡੀਅਮ ਸਟਾਰ ਤੇ ਜਿਹੜੇ ਕੰਮ ਲੋਕ ਕਰ ਰਹੇ ਆ ਉਹਨਾਂ ਨੂੰ 3 ਲੱਖ ਕਰੋੜ ਰੁਪਏ ਦਾ ਜਿਹੜਾ ਬਜਟ ਦਿੱਤਾ ਗਿਆ ਤਾਂ ਜੋ ਉਹ ਲੋਕ ਖੁਦ ਵੀ ਰੋਜ਼ਗਾਰ ਕਰ ਸਕਣ ਤੇ ਹੋਰਾਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾ ਸਕਣ ਜਿਸ ਚੀਜ਼ ਦੇ ਉੱਪਰ ਐਡਾ ਵੱਡਾ ਬਜਟ ਫਿਕਸ ਹੈ ਆਖਿਰ ਇਹ ਕਿਸ ਤਰ੍ਹਾਂ ਤੁਸੀਂ ਹਾਸਲ ਕਰ ਸਕਦੇ ਹੋ ਕਿਸ ਤਰ੍ਹਾਂ ਮਿਲੇਗਾ ਇਸ ਤੇ ਬਹੁਤ ਲੋਕਾਂ ਦੇ ਵਿੱਚ ਕਨਫਿਊਜ਼ਨ ਬਣੀ ਹੋਈ ਹੈ ਕਿ ਆਖਰਕਾਰ ਇਹ ਜਿਹੜਾ ਬਜਟ ਹੈ ਇਹ ਕਿਸ ਤਰ੍ਹਾਂ ਵਪਾਰੀ ਤੱਕ ਜੋ ਰੋਜ਼ਗਾਰ ਦੇ ਸੋ ਸਹਾਦਨਾ ਮਹੀਆ ਕਰਾਊਗਾ ਉਹਦੇ ਤੱਕ ਕਿਸ ਤਰ੍ਹਾਂ ਪਹੁੰਚ ਸਕਦਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਈ ਅੱਜ ਸਾਡੇ ਨਾਲ ਮੌਜੂਦ ਨੇ ਯੁਗੇਸ਼ ਅਗਰਵਾਲ ਜੀ ਜੋ ਇਸ ਐਮ ਐਸ ਐਮ ਈ ਦੇ ਮਾਹਿਰ ਹਨ ਔਰ ਇੱਕ ਬਿਜ਼ਨਸ ਜਿਹੜਾ ਇਹਨਾਂ ਦੀ ਫੈਕਟਰੀ ਹੈ ਫੈਕਟਰੀ ਵੀ ਚਲਾ ਰਹੇ ਹਨ ਔਰ ਇਸ ਜਿਹੜਾ ਐਮ ਐਸ ਐਮ ਈ ਮਾਈਕਰੋ ਸਮਾਲ మీడియం ਟਰਪਰਾਈਜ਼ਸ ਦੇ ਵਿੱਚ ਪੂਰਾ ਗਿਆਨ ਰੱਖਦੇ ਹਨ ਲੋਕਾਂ ਨੂੰ ਇਹਨਾਂ ਦੇ ਨਾਲ ਜੋੜਦੇ ਵੀ ਹਨ ਇਸ ਚੀਜ਼ ਦੇ ਮਾਹਿਰ ਹਨ ਇਹਨਾਂ ਤੋਂ ਹੀ ਪੁੱਛਦੇ ਆ ਆਖਰ ਕਿਸ ਤਰ੍ਹਾਂ ਇਹ ਬਜਟ ਹੈ ਜਿਹੜਾ ਲੋਕਾਂ ਤੱਕ ਪਹੁੰਚੂਗਾ ਯੁਗੇਸ਼ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਲ ਕੀਤੀ ਗਈ ਇੱਕ ਵੱਡਾ ਅਮਾਉਂਟ ਹੈ ਜਿਹੜਾ ਇਸ ਬਜਟ ਦਾ ਦਿੱਤਾ ਜਾ ਰਿਹਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਇਸ ਦੀ ਪੂਰੀ ਡੈਫੀਨੇਸ਼ਨ ਹੈ ਦੇਖੋ ਸਰਕਾਰ ਜਦੋਂ ਵੀ ਕੋਈ ਵਪਾਰੀ ਜਾਂ ਕੋਈ ਦਬਕਾ ਤੰਗ ਹੁੰਦਾ ਹੈ ਤਾਂ ਉਸ ਨੂੰ ਫਾਈਨੈਂਸ਼ੀਅਲ ਮਦਦ ਕਰਦੀ ਹੈ ਇਹ ਐਮ ਐਸ ਐਮਈ ਬੇਸਿਕਲੀ ਹੈ ਕਿ ਐਮ ਐਸ ਐਮਈ ਹੈਗਾ ਮਾਈਕਰੋ ਸਮਾਲ ਮੀਡੀਅਨ ਐਂਟਰਪ੍ਰਾਈਜ਼ਸ ਇਹ ਉਹਨਾਂ ਉਦਘਪਤੀਆਂ ਵਾਸਤੇ ਹੈ ਜਿਹੜੇ ਛੋਟੇ ਤੋਂ ਛੋਟਾ ਕਾਰੋਬਾਰ ਕਰਦੇ ਆ ਛੋਟਾ ਛੋਟਾ ਮੈਨੂਫੈਕਚਰਿੰਗ ਕਰਦੇ ਆ ਉਦਯੋਗ ਚਲਾਉਂਦੇ ਆ ਹੁਣ ਸਿੱਧਾ ਅਜ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਨੁਕਸਾਨ ਹੋਇਆ ਤਾਂ ਉਹ ਫਾਈਨੈਂਸ਼ੀਅਲ ਨੁਕਸਾਨ ਨੂੰ ਪੂਰਾ ਕਰਨ ਵਾਸਤੇ ਸੈਂਟਰ ਗਵਰਨਮੈਂਟ ਨੇ 3 ਲੱਖ ਕਰੋੜ ਦਾ ਬਜਟ ਜਿਹੜਾ ਹੈਗਾ ਉਹ ਐਮ ਐਸ ਐਮ ਇ ਨੂੰ ਦਿੱਤਾ ਹੈ ਹੁਣ ਉਹ ਲੋਕਾਂ ਨੂੰ ਮਿਲੇਗਾ ਕਿਸ ਤਰ੍ਹਾਂ ਇਸ ਤਰ੍ਹਾਂ ਹੈਗਾ ਕਿ ਕਾਫੀ ਜਿਹੜੇ ਇੰਡੀਆ ਦੇ ਵਿੱਚ ਹੈਗੇ ਆ ਉਦਯੋਗ ਚੱਲਦੇ ਆ ਉਹਦੇ ਵਿੱਚ ਐਮ ਐਸ ਐਮ ਇ ਤੋਂ ਜਿਹਨੇ ਰਜਿਸਟਰਡ ਨੇ ਉਹ ਉਹਨਾਂ ਨੂੰ ਉਸ ਦੇ ਬੇਸ ਤੇ ਮਿਲੇਗਾ ਕਿਉਂਕਿ ਕੋਈ ਨਾ ਕੋਈ ਜਿਹੜਾ ਇੰਡਸਟਰੀ ਦਾ ਹੈ ਉਦਯੋਗ ਦਾ ਉਹਦਾ ਆਧਾਰ ਹੋਣਾ ਜ਼ਰੂਰੀ ਹੈ ਉਦਯੋਗ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਐਮ ਐਸ ਐਮ ਆ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ ਮੈਨੂੰ ਅਗਰ ਗਵਰਨਮੈਂਟ ਨੂੰ ਦੱਸਣਾ ਹੈ ਕਿ ਮੈਂ ਇਹ ਕਾਰੋਬਾਰ ਕਰਦਾ ਜਿਵੇਂ ਆਪਣਾ ਆਧਾਰ ਕਾਰਡ ਹੁੰਦਾ ਓਵੇਂ ਆਪਣਾ ਉਦਯੋਗ ਆਧਾਰ ਕਾਰਡ ਹੁੰਦਾ ਇਹ 2006 ਚ ਸਟਾਰਟ ਹੋਇਆ ਸੀ 2007 ਚ ਕ੍ਰੀਏਟ ਹੋਇਆ ਸੀ ਤਾਂ ਉਸ ਤੋਂ ਬਾਅਦ ਜਿੰਨੀ ਵੀ ਆਪਣੀ ਉਦਮੀ ਆ ਜਿਨ੍ਹਾਂ ਨੂੰ ਅਸੀਂ ਇੰਡਸਟਰੀਸਟ ਕਹਿ ਸਕਦੇ ਆ ਉਦਘਭਤੀ ਕਹਿ ਸਕਦੇ ਆ ਉਹਨਾਂ ਨੂੰ ਗਵਰਨਮੈਂਟ ਨੇ ਐਮਐਸਐਮਈ ਦੇ ਨਾਲ ਉਦਯੋਗ ਅਧਾਰ ਕਾਰਡ ਦੇ ਥਰੂ ਜੋੜਿਆ ਸੀ ਤਾਂ ਹੁਣ ਜਦੋਂ ਜੁੜ ਗਏ ਜਿਹੜੇ ਅੱਜ ਤੱਕ ਜੁੜ ਗਏ ਉਹਨਾਂ ਨੂੰ ਫਾਈਨੈਂਸ਼ੀਅਲ ਪੈਕੇਜ ਦੇਣਾ ਹੈ ਗਵਰਨਮੈਂਟ ਨੇ 3 ਲੱਖ ਕਰੋੜ ਦਾ ਉਹਦੇ ਲਈ ਪੈਕੇਜ ਚ ਕੀ ਕੀ ਹੈ ਫੋਰ ਐਗਜ਼ਾਮਪਲ ਕਿਸੇ ਦੀ ਪਹਿਲਾਂ ਕੋਈ ਲਿਮਿਟ ਬਣੀ ਹੋਈ ਹੈ ਕੋਈ ਲੋਨ ਲਿੱਤਾ ਹੋਇਆ ਉਸਨੇ ਉਹਦੇ ਮੰਨ ਲਓ ਕੋਈ ਵੀ ਲੋਨ ਲਿੱਤਾ ਹੋਇਆ ਹੈ ਤਾਂ ਉਹਨੂੰ 20% ਟੋਪ ਅਪ ਵੈਲਿਊ ਅਲਾਉਡ ਹੈ ਫੋਰ ਐਗਜ਼ਾਮਪਲ 100 ਰੁਪਏ ਦਾ ਲੋਨ ਲਿੱਤਾ ਤਾਂ ਉਹਨੂੰ 20% ਐਕਸਟੈਂਡ ਹੋ ਜਾਏਗਾ ਬਿਨਾ ਕਿਸੇ ਕਲੈਕਟਰ ਤੋਂ ਕਲੈਕਟਰ ਦਾ ਮਤਲਬ ਹੈ ਕਿ ਉਸਨੇ ਕੋਈ ਗਾਰੰਟੀ ਨਹੀਂ ਦੇਣੀ ਜਿਹੜੀ ਉਹਦੀ ਗਾਰੰਟੀ ਹੈ ਉਹ ਐਮਐਸਐਮਈ ਕਹ ਲਓ ਜਾਂ ਸਰਕਾਰ ਕਹ ਲਓ ਚੱਕੇਗੀ ਦੂਜਾ ਜਿਹੜਾ ਪੁਆਇੰਟ ਹੈਗਾ ਕਿ ਕਿਸੇ ਨੇ ਨਵਾਂ ਲੋਨ ਲੈਣਾ ਹੈ ਕਿਉਂਕਿ ਅਲੱਗ-ਅਲੱਗ ਬਜਟ ਦੇ ਵਿੱਚ ਅਲੱਗ-ਅਲੱਗ ਫੈਸਿਲਿਟੀਆਂ ਹੁੰਦੀਆਂ ਹੁਣ ਮੰਨ ਲਓ ਇੱਕ ਬੰਦੇ ਨੇ ਪਹਿਲਾਂ ਕੋਈ ਲੋਨ ਨਹੀਂ ਲਿੱਤਾ ਪਰ ਉਸ ਨੂੰ ਹੁਣ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਉਹ ਐਮਐਸਐਮੀ ਦੇ ਬੇਸ ਤੇ ਲੋਨ ਲੈਣਾ ਚਾਹੁੰਦਾ ਹੈ ਉਹ ਆਪਣਾ ਲੋਨ ਨਿਆ ਲੋਨ ਅਪਲਾਈ ਕਰੇਗਾ ਫੋਰ ਐਗਜ਼ਾਮਪਲ ਉਸਨੇ 1 ਕਰੋੜ ਦੀ ਟਰਨਓਵਰ ਕਰੀ ਪਰ ਉਹਦੀ ਐਲੀਜੀਬਿਲਟੀ ਬੈਠੀ 25 ਲੱਖ ਦੀ ਤਾਂ ਉਹਨੂੰ 25 ਲੱਖ ਦਾ ਲੋਨ ਮਿਲ ਜੇਗਾ ਤੇ ਉਹਨੂੰ 1 ਸਾਲ ਦੀ ਜਿਹੜੀ ਈਐਮਆਈ ਹੈ ਉਹ ਉਹਨੂੰ ਡੈਫਰ ਹੈ ਉਹਨੇ 1 ਸਾਲ ਕੋਈ ਪੈਸਾ ਗਵਰਨਮੈਂਟ ਨੂੰ ਨਹੀਂ ਪਰਣਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੇ ਲੋਕ ਰਜਿਸਟਰਡ ਹੈ ਉਸ ਦੇ ਵਿੱਚ ਉਹਨਾਂ ਨੂੰ ਇਹ ਲੋਨ ਮਿਲ ਜੂਗਾ ਪਰ ਇਸ ਲੋਨ ਦੀਆਂ ਫਾਰਮੈਲਿਟੀਜ਼ ਕੀ ਰਹਿਣਗੀਆਂ ਤੇ ਕਿੰਨਾ ਲੋਨ ਕਿਸ categories ਦੇ ਵਿਅਕਤੀ ਨੂੰ ਜਿਹੜਾ ਹੈ ਉਹ ਮਿਲੂਗਾ ਕਿਉਂਕਿ ਸਿੱਧਾ 3 ਲੱਖ ਕਰੋੜ ਰੁਪਇਆ ਇਹ ਤਾਂ ਹੈ ਨਹੀਂ ਵੀ ਕਿਸੇ ਦੇ ਸਿੱਧਾ ਖਾਤੇਆਂ ਚ ਚਲਾ ਜਾਊਗਾ ਲੋਕਾਂ ਦੇ ਕੁਛ ਨਾ ਕੁਛ ਉਹਨਾਂ ਨੂੰ ਅਪਲਾਈ ਵੀ ਕਰਨਾ ਪਏਗਾ ਇਹੀ ਇੱਕ ਵੱਡੀ ਕਨਫਿਊਜ਼ਨ ਹੈ ਕਿ 20 ਲੱਖ ਕਰੋੜ ਦੇ ਬਜਟ ਤੇ ਵੀ ਇਸੇ ਕਰਕੇ ਕਿੰਤੂ ਪਰੰਤੂ ਕੀਤਾ ਜਾ ਰਿਹਾ ਸੋ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਦੀ ਫਾਰਮੈਲਿਟੀਆਂ ਹੋਣਗੀਆਂ ਔਰ ਕੀ ਕੀ ਉਸ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਜਾਂ ਕੀ ਕੀ ਉਸ ਕੋਲ ਪਹਿਲਾਂ ਤੋਂ ਹੋਣਾ ਚਾਹੀਦਾ ਤਾਂ ਜੋ ਉਸ ਨੂੰ ਇਸ ਲੋਨ ਦਾ ਫਾਇਦਾ ਹੋ ਸਕੇ ਦੇਖੋ ਬੜੀ ਸਿੱਧੀ ਜੀ ਕਲੀਅਰ ਜੀ ਗੱਲ ਹੈ ਕਿ ਸਰਕਾਰ ਕਿਸੇ ਦੇ ਸਿੱਧਾ ਅਕਾਊਂਟ 'ਚ ਪੈਸ ਉਸ ਨੂੰ ਫਾਈਨੈਂਸ਼ੀਅਲ ਜਿਹੜਾ ਅਕਾਊਂਟਸ ਆਪਣੀ ਇਕਨੋਮਿਕਸ ਕਹਿੰਦੀ ਹੈ ਉਹ ਜਿਹੜਾ ਕੋਈ ਉਦਯੋਗਪਤੀ ਹੈ ਅਗਰ ਉਸ ਨੂੰ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਹੈ ਤਾਂ ਉਹਨੂੰ ਜਿਹੜਾ ਉਹਦਾ ਵਪਾਰ ਹੈ ਜਿਹੜਾ ਉਹਦਾ ਉਦਯੋਗ ਹੈ ਜਿਹੜੀ ਉਹਦੀ ਇੰਡਸਟਰੀ ਹੈ ਉਹਦੇ ਵਿੱਚ ਹੀ ਉਹਨੂੰ ਫਾਇਦਾ ਦੇਣਾ ਹੈ ਹੁਣ ਫੋਰ ਐਗਜ਼ਾਮਪਲ ਇੱਕ ਬੰਦੇ ਦੀ 1 ਕਰੋੜ ਦੀ ਟਰਨਓਵਰ ਹੈ ਤਾਂ ਉਹਨੂੰ 25 ਲੱਖ ਰੁਪਏ ਅੰਦਾਜ਼ਾ ਲੋਨ ਮਿਲੇਗਾ 20 ਤੋਂ 25 ਲੱਖ ਰੁਪਏ ਲੋਨ ਕਿਉਂਕਿ ਕੁਝ ਉਹਦੀਆਂ ਬੁਕਸ ਵੀ ਦੇਖੀ ਜਾਂਦੀਆਂ ਕੁਝ ਉਹਦੀਆਂ ਲਾਸਟ ইয়ার ਦੀਆਂ ਟਰਨਓਵਰ ਵੀ ਦੇਖੀ ਜਾਂਦੀਆਂ ਕੁਝ ਉਹਦਾ ਕੈਪੀਟਲ ਸਟਾਕ ਵੀ ਦੇਖਿਆ ਸੋ ਮੇਰਾ ਮੰਨਣਾ ਇਹ ਹੈ ਕਿ ਜਿਹਦੀ ਲਾਸਟ ইয়ার 2019 ਔਰ 20 ਦੀ 1 ਕਰੋੜ ਦੀ ਟਰਨਓਵਰ ਤੱਕ ਹੈ ਜਾਂ 1 ਕਰੋੜ ਦੀ ਟਰਨਓਵਰ ਹੈ ਉਸ ਨੂੰ ਲਗਭਗ 25% ਆਫ ਦਾ ਟਰਨਓਵਰ ਉਸ ਨੂੰ ਜੜਾ ਹੈਗਾ ਉਹ ਉਸ ਨੂੰ ਲੋਨ ਮਿਲੇਗਾ ਹੁਣ ਤੁਸੀਂ ਦੂਜਾ ਕੁਸਚਨ ਪੁੱਛਿਆ ਕਿ ਉਹਦੇ ਲਈ ਉਹਨੂੰ ਫਾਰਮਲਟੀਆਂ ਕੀ ਕਰਨੀਆਂ ਉਹਦੇ ਲਈ ਕੋਈ ਖਾਸ ਫਾਰਮਲਟੀਆਂ ਨਹੀਂ ਹੈ ਉਹਦਾ ਐਮਐਸਐਮਈ ਦੇ ਵਿੱਚ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ ਉਹਦਾ ਗਵਰਨਮੈਂਟ ਦੇ ਜਿਹੜੇ ਅ ਅਥਾ ਉਦਯੋਗ ਆਧਾਰ ਹੋਣਾ ਉਹਦਾ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜੇ ਉਹਦੇ ਡਾਕੂਮੈਂਟ ਨੇ ਫੋਰ ਐਗਜ਼ਾਮਪਲ ਉਹਦਾ ਪੈਨ ਕਾਰਡ ਉਹਦਾ ਆਧਾਰ ਕਾਰਡ ਔਰ ਉਹਦੀ ਪਿਛਲੇ ਸਾਲ ਦੀ ਟਰਨਓਵਰ ਜਿਹੜੀ ਹੈਗੀ ਹੈ ਉਹਦਾ ਬੈਲੈਂਸ ਸ਼ੀਟ ਦਾ ਹੋਣਾ ਜ਼ਰੂਰੀ ਹੈ ਸੋ ਕੋਈ ਬਹੁਤ ਜ਼ਿਆਦਾ ਡਾਕੂਮੈਂਟ ਨਹੀਂ ਹੈ ਇੰਨੇ ਕ ਡਾਕੂਮੈਂਟ ਆਮ ਜਿਹੜਾ ਵਪਾਰੀ ਹੈ ਆਮ ਜਿਹੜਾ ਉਦਯੋਗਪਤੀ ਹੈ ਉਹਦੇ ਕੋਲ ਹੁੰਦੇ ਆ ਤੋ ਇਸ ਤਰ੍ਹਾਂ ਜਿਸ ਤਰ੍ਹਾਂ ਯੁਗੇਸ਼ ਅਗਰਵਾਲ ਜੀ ਦੱਸ ਰਹੇ ਸੀ ਕਿ ਜਿਹੜੇ ਡਾਕੂਮੈਂਟ ਹਨ ਨਾਰਮਲ ਇਹ ਵਪਾਰੀ ਕੋਲ ਹੁੰਦੇ ਆ ਉਸ ਦਾ ਜੋ ਟਰਨਓਵਰ ਹੈ ਉਸ ਦਾ 25% ਤੱਕ ਜਿਹੜਾ ਹੈ ਉਸ ਵਿਅਕਤੀ ਨੂੰ ਬਿਨਾਂ ਕਿਸੇ ਗਾਰੰਟੀ ਤੋਂ ਮਿਲ ਸਕਦਾ ਹੈ ਮਤਲਬ ਕਿ ਉਸ ਦੀ ਗਾਰੰਟੀ ਸਰਕਾਰ ਲਾ ਲਵੇ ਜਾਂ ਐਮਈ ਐਮਐਸਈ ਐਮਈ ਲਏਗਾ ਜੋ ਕਿ ਉਸ ਥਾਂ ਤੋਂ ਰਜਿਸਟਰਡ ਹੋਏਗਾ ਜੇਕਰ ਕੋਈ ਵਿਅਕਤੀ ਨਹੀਂ ਰਜਿਸਟਰਡ ਪਰ ਉਸ ਦਾ ਕੰਮਕਾਰ ਹੈਗਾ ਤੇ ਉਹ ਰਜਿਸਟਰਡ ਕਿਵੇਂ ਕਰਵਾਵੇ ਤੇ ਕਿਸ ਤਰ੍ਹਾਂ ਉਹ ਇਸ ਦਾ ਲਾਹਾ ਲੈ ਸਕਦਾ ਦੇਖੋ ਇਸ ਤਰ੍ਹਾਂ ਹੈ ਮੰਨ ਲਓ ਅੱਜ ਦੀ ਜ਼ੀਰ ਚ ਬਹੁਤ ਸਾਰੀਆਂ ਇੰਡਸਟਰੀਆਂ ਚੱਲਦੀਆਂ ਅਗਰ ਕੋਈ ਕੁਝ ਪਰਸੈਂਟ ਹਲੇ ਵੀ ਰਜਿਸਟਰ ਨਹੀਂ ਹੈ ਤਾਂ ਉਹ ਗਵਰਨਮੈਂਟ ਦੇ ਪੋਰਟਰ ਐਮ ਐਸ ਐਮੀ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਜਿਸ ਜਿਸ ਦੀ ਕੋਈ ਕਿਸੇ ਕਿਸਮ ਦੀ ਸਰਕਾਰੀ ਫੀਸ ਜਾਂ ਕੋਈ ਸਿਸਟਮ ਨਹੀਂ ਹੈ ਸਿਰਫ ਉਹਦੇ ਵਿੱਚ ਤੁਹਾਨੂੰ ਇੱਕ ਤਾਂ ਆਪਣਾ ਆਧਾਰ ਕਾਰਡ ਆਧਾਰ ਕਾਰਡ ਦਾ ਲਿੰਕ ਮੋਬਾਈਲ ਨੰਬਰ ਆਪਣਾ ਪੈਨ ਨੰਬਰ ਔਰ ਜਿਹੜਾ ਤੁਹਾਡੀ ਫਰਮ ਦਾ ਅਕਾਊਂਟ ਨੰਬਰ ਉਹਦਾ ਆਈ ਐਫ ਐਸ ਕੋਡ ਹੀ ਜ਼ਰੂਰਤ ਹੈ ਉਸ ਤੋਂ ਜ਼ਿਆਦਾ ਕੋਈ ਫਾਰਮੈਲਟੀ ਨਹੀਂ ਹੈ ਹੁਣ ਆਪਾਂ ਨੂੰ ਐਮ ਐਸ ਐਮੀ ਨੂੰ ਲੋਨ ਕਿਵੇਂ ਮਿਲਦਾ ਕਿਉਂਕਿ ਜਿਹੜੀ ਆਲਰੇਡੀ ਇੰਡਸਟਰੀ ਚੱਲਦੀ ਐ ਮੰਨ ਲਓ ਅੱਜ ਇੰਡਸਟਰੀ ਨੂੰ 8.5% ਤੇ ਲੋਨ ਮਿਲਦਾ ਜਿਹੜਾ ਐਮ ਐਸ ਐਮਈ ਨਾਲ ਰਜਿਸਟਰਡ ਐ ਉਹਨੂੰ ਐਮ ਐਸ ਐਮਈ 2% 2% ਦੀ ਸਬਸਿਡੀ ਦਿੰਦੀ ਐ ਮੰਨ ਲਓ ਉਹਨੂੰ 8.5 ਦੀ ਜਗ੍ਹਾ 6.5 ਮਿਲੇਗਾ ਉਹ ਬੈਂਕ 'ਚ ਲਿਖ ਕੇ ਦੇਵੇਗਾ ਕਿ ਸਰ ਮੇਰੀ ਇਹ ਐਮ ਐਸ ਐਮਈ ਤੇ ਰਜਿਸਟਰਡ ਐ ਫਰਮ ਔਰ ਮੈਨੂੰ ਇਹ 2% ਦੀ ਰਿਬੇਟ ਦਿਓ ਉਹ ਐਮ ਐਸ ਐਮਈ 'ਚ ਲੈਟਰ ਲਿਖ ਕੇ ਦੇਵੇਗਾ ਬੈਂਕ ਉਸ ਨੂੰ ਡਾਇਰੈਕਟਲੀ 2% ਘੱਟ ਇੰਟਰਸਟ ਲਗਾਏਗਾ ਜੀ ਮਤਲਬ ਕਿ ਇੱਕ ਤਾਂ ਈਜ਼ੀ ਲੋਨ ਮਿਲ ਜੂਗਾ ਤੇ ਜਿਹੜਾ ਹੈ ਇੰਟਰਸਟ ਆਫ ਰੇਟ ਹੈ ਉਹ ਵੀ ਘਟ ਹੋਊਗਾ ਸੋ ਇਸ ਦੇ ਵਿੱਚ ਇਹ ਫਾਇਦਾ ਹੋ ਸਕਦਾ ਵੀ ਜਿਹੜਾ 3 ਲੱਖ ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਉਹ ਲੋਕਾਂ ਦੇ ਕੰਮ ਆਏਗਾ ਤਾਂ ਕਿ ਜਿਹੜਾ ਉਦਯੋਗਪਤੀ ਹੈ ਉਹ ਖੁਦ ਜੋ ਕ੍ਰਾਈਸਿਸ ਚੋਂ ਨਿਕਲ ਰਿਹਾ ਸੀ ਉਹ ਆਪਣੇ ਬਿਜ਼ਨਸ ਨੂੰ ਵਧਾ ਸਕੇ ਤੇ ਜਿਹੜਾ ਉਹਦਾ এমਪਲੋਇਮੈਂਟ ਹੈ ਸੋ ਉਸ ਦਾ ਵੀ ਇਸੇ ਦੇ ਨਾਲ ਜਿਹੜਾ ਹੈ ਫਿਊਚਰ ਜੁੜਿਆ ਹੁੰਦਾ ਇਸ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਹਰ ਸਾਲ ਬਜਟ ਦੇ ਵਿੱਚ ਹਿੱਸਾ ਜਿਹੜਾ ਹੈ ਲਗਭਗ 76 ਕਰੋੜ ਦੇ ਨੇੜੇ ਜਿਹੜੇ ਉਹ ਵੀ ਇਸ ਬਜਟ ਦੇ ਲਈ ਰੱਖਿਆ ਜਾਂਦਾ ਸੋ ਉਹਦੇ ਬਾਰੇ ਵੀ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਉਸ ਨੂੰ ਬਜਟ ਨਿਰਧਾਰਿਤ ਕੀਤਾ ਜਾਂਦਾ ਔਰ ਕਿਸ ਤਰ੍ਹਾਂ ਇਸ ਦਾ ਜਿਹੜਾ ਉਦਯੋਗਪਤੀ ਹੈ ਉਸ ਨੂੰ ਬੈਨੀਫਿਟ ਮਿਲਦਾ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਕਲੀਅਰ ਕਰਨਾ ਚਾਹੁੰਦਾ ਜਿਹੜੀ ਐਮ ਐਸ ਐਮ ای ਇੱਕ ਸਿਸਟਮ ਬਣਾਇਆ ਸਰਕਾਰ ਨੇ ਇੱਕ ਆਧਾਰਾ ਬਣਾਇਆ ਹੈ ਉਹ ਜਿੰਨੇ ਵੀ ਉਦਘੋਕ ਪਤੀਆਂ ਨੂੰ ਦਿੰਦੀ ਹੈ ਹਰ ਸਾਲ ਉਹਨੇ ਦੇਣਾ ਹੀ ਦੇਣਾ ਹੈ ਵੰਡਣਾ ਹੀ ਵੰਡਣਾ ਹੈ ਜਿਹੜਾ ਇਸ ਸਾਲ ਦਾ 2021 ਦਾ ਬਜਟ ਹੈ ਸਰਕਾਰ ਦਾ ਐਮ ਐਸ ਐਮ ای ਦੇ ਵਿੱਚ ਉਹ ਲਗਭਗ 7600 ਕਰੋੜ ਰੁਪਏ ਹੈ ਜਿਹੜਾ ਹਰ ਸਾਲ ਵੰਡਣਾ ਹੈ ਉਹ ਹੈਗਾ ਪਲਾਨਟ ਬਜਟ 7600 ਕਰੋੜ ਜਿਹੜਾ ਹੁਣ ਆਪਣੇ ਬਾਈ ਚਾਂਸ ਇਹ ਜਿਹੜਾ ਕੋਵਿਡ 19 ਦਾ ਕਰਾਈਸਿਸ ਆ ਗਿਆ ਉਹਦੇ ਲਈ ਸਰਕਾਰ ਨੇ 3 ਲੱਖ ਕਰੋੜ ਰੁਪਿਆ ਐਕਸਟਰਾ ਜਿਹੜਾ ਹੈਗਾ ਉਹ ਆਪਾਂ ਨੂੰ ਐਮ ਐਸ ਐਮ ای ਨੂੰ ਦੇਣਾ ਹੈ ਇਸ ਤੋਂ ਲਾਵਾ ਸਰਕਾਰ ਦੇ ਕਈ ਬਜਟ ਆਉਂਦੇ ਆ ਐਮਐਸਐਮਈ ਲਈ ਜਿਹੜਾ ਆਲਰੇਡੀ ਚੱਲਿਆ ਮੈਂ ਤੁਹਾਨੂੰ ਦੱਸਿਆ ਸੀਗਾ ਕਿ 2% ਲੈਸ ਹੈਗਾ ਜਿਹੜਾ ਆਮ ਬੰਦੇ ਨੂੰ 8.5% ਤੇ ਲੋਨ ਮਿਲਦਾ ਹੈ ਜਿਹੜਾ ਐਮਐਸਐਮਈ ਵਾਲਾ ਹੈਗਾ ਉਸ ਨੂੰ 6.5% ਤੇ ਮਿਲੇਗਾ ਹੁਣ ਇਹਦੇ ਵਿੱਚ ਆ ਗਈ ਕਲੈਕਟਰ ਕਲੈਕਟਰ ਬੋਲਦੇ ਗਰੰਟੀ ਨੂੰ ਜਿਹੜੀ ਗਰੰਟੀ ਹੈ ਉਹ ਐਮਐਸਐਮਈ ਲਏਗੀ ਐਮਐਸਐਮਈ ਕਹ ਲਓ ਸੈਂਟਰ ਗਵਰਨਮੈਂਟ ਕਹ ਲਓ ਉਸਨੇ ਕਿਸੇ ਕਿਸਮ ਦੀ ਵੀ ਕੋਈ ਆਪਣੀ ਗਰੰਟੀ ਨਹੀਂ ਦੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਤਮਾਮ ਜਾਣਕਾਰੀ ਜਿਹੜੀ ਸਾਡੇ ਦਰਦਕਾਂ ਨਾਲ ਸਾਂਝੀ ਕੀਤੀ ਹੈ ਬੜਮੂਲੀ ਜਾਣਕਾਰੀ ਉਹ ਇਸ ਦੇ ਨਾਲ ਇਹ ਵੀ ਸਪਸ਼ਟ ਹੁੰਦਾ ਵੀ 3 ਲੱਖ ਕਰੋੜ ਜਿਹੜਾ ਹੈ ਉਦਯੋਗਪਤੀ ਲਈ ਹੈ ਉਸ ਤੱਕ ਕਿਵੇਂ ਪਹੁੰਚ ਸਕਦਾ ਹੈ ਉਸ ਦਾ ਕਿਸ ਤਰ੍ਹਾਂ ਲਾਹਾ ਲੈ ਸਕਦਾ ਹੈ ਕੈਮਰਾ ਪਰਸਨ ਲਵੀਸ਼ ਦੇ ਨਾਲ ਅਨੁਰਾਗ ਸ਼ਰਮਾ ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ ਸੋ